ਮੈਂ ਬੜਾ ਸਰਪ੍ਰਾਈਜ਼ ਹਾਂ, ਜਿੱਥੇ ਤਾਂ ਤੁਹਾਡਾ ਸਟਾਫ ਹੈ ਉੱਥੋਂ ਤਾਂ ਸਾਰੇ ਏ ਸੀ ਵਧੀਆ ਕੰਮ ਕਰਦੇ ਆ, ਪਰ ਜਿੱਥੇ ਤੁਹਾਡੇ ਮਰੀਜ਼ ਪਏ ਕੋਈ ਏ ਸੀ ਨਹੀਂ ਕੰਮ ਕਰ ਰਿਹਾ, ਕੀ ਦਿੱਕਤ ਆਈ ਤੁਹਾਡੀ? ਹੈਂਜੀ ਨਹੀਂ ਖੁੱਲ੍ਹੇ ਦਾ ਕੀ ਮਤਲਬ, ਬੰਦ ਪਏ ਏ ਸੀ ਨਾ? ਤੁਹਾਡੇ ਜਿੱਥੇ ਨਸ਼ੇ ਖੜਾਓ ਵਾਲੇ ਗੋਲੀਆਂ ਦੇ ਰਹੇ ਹੈ ਉੱਥੇ ਵੀ ਬੜੀਆਂ ਘੁੱਟਵੀਆਂ ਕੁਰਸੀਆਂ ਅਤੇ ਏ ਸੀ ਲੱਗੇ ਹੋਏ ਆ, ਅਤੇ ਇੱਥੇ ਜਿੱਥੇ ਐਮਰਜੈਂਸੀ ਮਰੀਜ਼ ਦਾ ਉੱਥੇ ਏ ਸੀ ਚੱਲਦਾ ਕਿੱਥੇ ਚੱਲ ਰਿਹਾ ਸਾਹਿਬ? ਬੰਦ ਪਿਆ ਇਹ ਤਸਵੀਰਾਂ ਭਵਾਨੀਗੜ੍ਹ ਦੇ ਸਰਕਾਰੀ ਹਸਪੀਟਲ ਦੀਆਂ ਨੇ, ਜਿੱਥੇ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਪਹੁੰਚੇ ਸਨ ਤੇ ਉਹਨਾਂ ਦੇ ਵੱਲੋਂ ਇਹ ਚੈਕਿੰਗ ਕੀਤੀ ਗਈ। ਤਾਂ ਇਸ ਦੌਰਾਨ ਉਹਨਾਂ ਕਿਹਾ ਕਿ ਮੈਂ ਬੜਾ ਸਰਪ੍ਰਾਈਜ਼ ਹਾਂ, ਜਿੱਥੇ ਤਾਂ ਤੁਹਾਡਾ ਸਟਾਫ ਬੈਠਦਾ ਹੈ ਉੱਥੇ ਤਾਂ ਸਾਰੇ ਏ ਸੀ ਵਧੀਆ ਕੰਮ ਕਰਦੇ ਨੇ, ਪਰ ਜਿੱਥੇ ਤੁਹਾਡੇ ਮਰੀਜ਼ ਪਏ ਨੇ ਕੋਈ ਏ ਸੀ ਨਹੀਂ ਕੰਮ ਕਰ ਰਿਹਾ, ਕੀ ਦਿੱਕਤ ਹੈ ਤੁਹਾਡੀ? ਤਾਂ ਇਸ ਦੌਰਾਨ ਜਿਹੜੇ ਉੱਥੇ ਮੌਜੂਦ ਅਧਿਕਾਰੀ ਹੁੰਦੇ ਨੇ, SMO ਹੁੰਦੇ ਨੇ, ਉਹ ਕਹਿੰਦੇ ਨੇ ਕਿ ਇਹ ਏਰੀਆ ਓਪਨ ਹੈ, ਖੁੱਲ੍ਹਾ ਹੈ, ਤਾਂ ਇਸ ਕਰਕੇ ਇੱਥੇ ਕੂਲਿੰਗ ਘੱਟ ਹੈ। ਤਾਂ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਕਹਿੰਦੇ ਨੇ ਕਿ ਖੁੱਲ੍ਹੇ ਦਾ ਕੀ ਮਤਲਬ ਹੈ, ਬੰਦ ਤਾਂ ਪਏ ਨੇ ਸੀ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਨਸ਼ਾ ਛਡਾਉਣ ਦੀਆਂ ਗੋਲੀਆਂ ਦਿੰਦੇ ਨੇ ਉੱਥੇ ਵੀ ਬੜੀਆਂ ਘੁੰਮਣ ਵਾਲੀਆਂ ਕੁਰਸੀਆਂ 'ਤੇ AC ਲੱਗੇ ਨੇ, ਅਤੇ ਜਿੱਥੇ ਐਮਰਜੈਂਸੀ 'ਚ ਮਰੀਜ਼ ਪਏ ਨੇ ਉੱਥੇ AC ਨਹੀਂ ਚੱਲ ਰਹੇ। ਤਾਂ ਇਸ ਦੌਰਾਨ ਕੋਈ ਜਵਾਬ SMO ਨੂੰ ਨਹੀਂ ਆਇਆ। ਤਾਂ ਦੱਸ ਦਈਏ ਕਿ ਭਵਾਨੀਗੜ੍ਹ ਦੇ ਸਰਕਾਰੀ ਹਸਪੀਟਲ ਦੇ ਵਿੱਚ ਸੁਵਿਧਾਵਾਂ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਪਹੁੰਚੇ ਸਨ। ਅਨਿਲ ਗੋਇਲ ਦੇ ਵੱਲੋਂ ਜਦੋਂ ਇਸ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਉਹਨਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਬਾਰੀਕੀ ਦੇ ਨਾਲ ਜਾਣਿਆ, OPD ਸੇਵਾਵਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਹਨਾਂ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਨੂੰ ਵੀ ਚੈੱਕ ਕੀਤਾ ਅਤੇ ਉਹਨਾਂ ਕਿਹਾ ਕਿ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਇਸ ਹਸਪਤਾਲ ਦੇ ਵਿੱਚ ਆਮ ਮਰੀਜ਼ਾਂ ਤੋਂ ਇਲਾਵਾ ਐਮਰਜੈਂਸੀ ਕੇਸ ਵੀ ਵੱਡੀ ਗਿਣਤੀ 'ਚ ਆਉਂਦੇ ਨੇ, ਤਾਂ ਇਸ ਲਈ ਇੱਥੇ ਸੁਵਿਧਾਵਾਂ ਦੀ ਜ਼ਰੂਰਤ ਹੈ। ਪਰ ਇਸ ਦੌਰਾਨ ਉਹਨਾਂ ਦੇਖਿਆ ਕਿ ਐਮਰਜੈਂਸੀ ਦੇ ਵਿੱਚ AC ਨਹੀਂ ਸੀ ਚੱਲ ਰਹੇ, ਮਰੀਜ਼ਾਂ ਦੇ ਲਈ ਲਾਏ AC ਨਹੀਂ ਸੀ ਚੱਲ ਰਹੇ, ਅਤੇ ਜੋ ਡਾਕਟਰ ਨੇ ਜਿੱਥੇ ਸਟਾਫ ਬੈਠਦਾ ਉੱਥੇ AC ਚੱਲ ਰਹੇ ਨੇ, ਜਿਸ ਦੌਰਾਨ ਉਹਨਾਂ SMO ਦੀ ਕਲਾਸ ਵੀ ਲਾਈ। ਮੈਂ ਬੜਾ ਸਰਪ੍ਰਾਈਜ਼ ਹਾਂ, ਜਿੱਥੇ ਤਾਂ ਤੁਹਾਡਾ ਸਟਾਫ ਹੈ ਉੱਥੋਂ ਤਾਂ ਸਾਰੇ AC ਵਧੀਆ ਕੰਮ ਕਰਦੇ ਆ, ਪਰ ਜਿੱਥੇ ਤੁਹਾਡੇ ਮਰੀਜ਼ ਪਏ ਕੋਈ AC ਨਹੀਂ ਕੰਮ ਕਰ ਰਿਹਾ, ਕੀ ਦਿੱਕਤ ਆਈ ਤੁਹਾਡੀ? ਨਹੀਂ ਖੁੱਲ੍ਹੇ ਦਾ ਕੀ ਮਤਲਬ, ਬੰਦ ਪਏ AC ਨਾ? ਤੁਹਾਡੇ ਜਿੱਥੇ ਨਸ਼ੇ ਖੜਾਓ ਵਾਲੇ ਗੋਲੀਆਂ ਦੇ ਰਹੇ ਹੈ ਉੱਥੇ ਵੀ ਬੜੀਆਂ ਘੁੱਟਵੀਆਂ ਕੁਰਸੀਆਂ ਅਤੇ AC ਲੱਗੇ ਹੋਏ ਆ, ਅਤੇ ਇੱਥੇ ਜਿੱਥੇ ਐਮਰਜੈਂਸੀ ਮਰੀਜ਼ ਦਾ ਉੱਥੇ AC ਚੱਲਦਾ ਕਿੱਥੇ ਚੱਲ ਰਿਹਾ ਸਾਹਿਬ? ਬੰਦ ਪਿਆ ਕਿ ਮੈਂ ਤੁਹਾਡੇ ਧਿਆਨ 'ਚ ਪਹਿਲਾਂ ਹੀ ਲਿਆਂਦਾ ਕਿ ਵੀ ਹੈਵ ਏ ਗੈਨਾਕੋਲੋਜਿਸਟ, ਵੀ ਹੈਵ ਏ ਡੈਂਟਲ ਸਰਜਨ, ਵੀ ਹੈਵ ਏ ਸਰਜਨ, ਅਵਰ SMO ਇਜ਼ ਆਲਸੋ ਸਰਜਨ, ਐਂਡ ਵੀ ਹੈਵ 2 ਮੈਡੀਕਲ ਆਫੀਸਰ, ਜਨਰਲ ਡਿਊਟੀ ਮੈਡੀਕਲ ਆਫੀਸਰ ਆਲਸੋ ਹੀਅਰ, ਐਂਡ ਆਈ ਐਮ ਵੈਰੀ ਹੈਪੀ ਟੂ ਨੋ ਕਿ ਜਿਹੜੇ ਸਾਡੇ ਸਰਜਨ ਹੈ ਉਹ ਕੈਂਪਸ ਦੇ ਵਿੱਚ ਰਹਿੰਦੇ ਆ, ਔਰ ਉਹ ਇੱਕ ਸਰਜਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਕਿ ਕੰਮ ਬਾਕੀ ਸਾਰੀਆਂ CSC ਜਿੰਨੀਆਂ ਪੰਜਾਬ 'ਚ ਹੈ ਉਹ ਬਹੁਤ ਅੱਛਾ ਕੰਮ ਕਰ ਰਿਹਾ ਹੈ, ਔਰ ਉਹਨਾਂ ਦੀ ਮੰਗ ਜਿਹੜੀ ਹੈਗੀ ਆ ਸਟੇਟ ਪੱਧਰ 'ਤੇ ਸਭ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ, ਮਗਰ ਬੈਠੇ ਸੁਣ ਰਹੇ ਆ ਉਹਨਾਂ ਦੇ ਧਿਆਨ। ਅੱਜ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਇੱਕ OT ਟੇਬਲ ਹੋਰ ਚਾਹੀਦਾ, ਅਤੇ ਮੈਂ ਤੁਹਾਡੇ ਆਉਣ ਤੋਂ ਅੰਦਰ ਆਉਣ ਤੋਂ ਪਹਿਲਾਂ ਔਡਰ ਪਾ ਦਿੱਤਾ ਕਿ OT ਟੇਬਲ ਇੱਕ ਨਵਾਂ ਸ਼ਿਫਟ ਕਰਾ ਦਿਓ, ਭਵਾਨੀਗੜ੍ਹ ਇੱਕ ਹੋਰ ਦੇ ਦਿਓ, ਅਤੇ ਹੋਰ ਵੀ ਜਿਹੜੀਆਂ ਕੋਈ ਚੀਜ਼ਾਂ ਕਹਿਣਗੇ, ਜਿਸ ਤਰ੍ਹਾਂ PSA ਪਲਾਂਟ ਹੈ ਉਹ ਵੀ ਚਾਲੂ ਕਰਨ ਜਾ ਰਹੇ ਹਾਂ, ਆਹ ਤੁਹਾਡੇ ਮੈਂ ਬਾਹਰ ਦੇਖਿਆ ਟਰਾਂਸਫਾਰਮਰ ਦੇ ਬਾਹਰ ਬੈਰੀਕੇਡਿੰਗ ਨਹੀਂ ਹੋਈ, ਉਹਦੀ ਬੈਰੀਕੇਡਿੰਗ ਵਾਸਤੇ ਕਿਹਾ ਕਿ ਬੈਰੀਕੇਡਿੰਗ ਕਰਵਾਓ,
ਪਾਰਕਿੰਗ ਲਾਈਨਾਂ ਕਿਹਾ ਜਿੱਥੇ ਪਰਚੀਆਂ ਬਣਦੀਆਂ ਉਹ ਸਟੈਪ ਉੱਚਾ 10 ਇੰਚ ਦਾ, ਮੈਂ ਉਹਨਾਂ ਕਿਹਾ ਕਿ ਉੱਥੇ 4 ਇੰਚ ਦਾ 6 ਇੰਚ ਦਾ ਸਟੈਪ ਇਸ ਤਰ੍ਹਾਂ ਬਣਾਓ ਬਜ਼ੁਰਗ ਉੱਥੇ ਕੋਈ ਗਿਰ ਨਾ ਜਾਣ, ਜਿੰਨੇ ਮੈਟ ਹੈਗੇ ਆ ਹੋਸਪਿਟਲ ਦੇ ਵਿੱਚ ਮੈਟ ਲਗਾਓ, ਜਿੰਨੇ ਵਾਟਰ ਕੂਲਰ ਲੱਗੇ ਹੋਏ ਆ ਉਹਨਾਂ ਸਾਰਿਆਂ ਦੀਆਂ ਕੈਂਡਲਸ ਚੇਂਜ ਕਰਵਾਓ, ਠੀਕ ਹੈ ਜੀ। ਬਾਹਰ ਕੈਟਲ ਕੈਚਰ ਲੱਗਿਆ ਹੋਇਆ ਗੇਟ ਦੇ ਉੱਪਰ, ਉਹ ਜਾ ਕੇ ਵੇਖ ਕੇ ਆਇਆ ਵੀ ਉਹ 'ਚ ਮਿੱਟੀ ਤਾਂ ਨਹੀਂ ਭਰੀ, ਉਹ ਖਾਲੀ ਹੈਗਾ। ਤਾਂ ਉਹ ਅਸੀਂ ਬਹੁਤ ਮਤਲਬ ਇਹ ਭਲਵਾਨੀ ਗੜਾ ਨਹੀਂ ਮਾਰਨ ਆਇਆ ਮੈਂ ਉਰੇ, ਜੇ ਘੰਟਾ ਲਾਇਆ ਤਾਂ ਘੰਟੇ ਦੇ ਵਿੱਚ ਤੁਸੀਂ ਵੇਖ ਲਿਆ ਹੋਣਾ ਕਿ ਵੀ ਸਾਰੇ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ। ਅਤੇ ਜੇ ਏ ਸੀ ਕੋਈ ਬੰਦ ਪਿਆ ਐਮਰਜੈਂਸੀ ਦੇ ਵਿੱਚ ਵੀ ਤਾਂ ਉਹ ਵੀ ਐਸ ਐਮ ਸਾਹਿਬ ਦੇ ਧਿਆਨ 'ਚ ਲਿਆਉਂਦਾ, ਤਾਂ ਉਹ ਚਲੋ ਮਰੀਜ਼ ਨੂੰ ਠੰਡ ਲੱਗ ਰਹੀ ਸੀ ਉਹਨਾਂ ਨੇ ਬੰਦ ਕਰਵਾ ਤਾ ਏ ਸੀ। ਔਰ ਤੁਸੀਂ ਇਹ ਵੀ ਤੁਹਾਨੂੰ ਦੱਸ ਦਿਓ, ਬੜੀ ਖੁਸ਼ੀ ਹੋਣੀ ਹੈ ਕਿ ਮੈਂ ਡਰੱਗ ਡਿਟੈਕਸ਼ਨ ਸੈਂਟਰ 'ਤੇ ਇਕੱਲੀ ਇਕੱਲੀ ਗੋਲੀ ਗਿਣ ਕੇ ਆਇਆ ਔਰ ਸਟੋਕ ਬਿਲਕੁਲ ਗੋਲੀ ਗੋਲੀ ਪੂਰਾ ਨਿਕਲਿਆ। ਅਤੇ ਕਿਉਂਕਿ ਇਹ ਨਾ ਸਿਰਫ ਇਹ ਸਿਰਫ ਮਾਨ ਸਾਡੇ ਮਾਨਯੋਗ ਸੀ ਐਮ ਸਾਹਿਬ ਦਾ ਏਰੀਆ ਹੈਗਾ, ਅਤੇ ਸਾਡੀ ਸੀ ਐੱਸ ਸੀ ਬਹੁਤ ਅੱਛਾ ਕੰਮ ਕਰ ਰਹੀ ਹੈ, ਬਹੁਤ ਮਿਹਨਤੀ ਸਟਾਫ ਹੈਗਾ। ਔਰ ਬਹੁਤ ਸੂਨ ਤੁਸੀਂ ਦੇਖੋਗੇ ਕਿ ਇਸ ਦੇ ਉੱਪਰ ਰੰਗ ਰੋਗਨ ਹੈ ਜਿਹੜਾ, ਉਹ ਵੀ ਕਹਿ ਦਿੱਤਾ ਗਿਆ। ਜਿੰਨੇ ਦਰਵਾਜ਼ੇ ਖਿੜਕੀਆਂ ਪਲੰਬਿੰਗ ਦਾ ਕੰਮ ਹੈ, ਤੁਹਾਨੂੰ ਕੋਈ ਲੂਜ਼ ਵਾਇਰ ਨਹੀਂ ਦੇਖਣ ਵਾਲੀ ਅਗਲੇ 72 ਘੰਟਿਆਂ ਤੋਂ ਬਾਅਦ ਸਾਰੇ ਹਸਪਤਾਲ 'ਚ। ਜਿਹੜੇ ਵਿੱਚ ਸਟਾਫ ਰਹਿ ਰਹੇ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕੰਮ ਹੋਣ ਵਾਲਾ, ਐਸ ਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਪਹਿਲਾਂ ਸਭ ਤੋਂ ਪਹਿਲਾਂ ਉਹ ਘਰਾਂ ਦੀ ਰਿਪੇਅਰ ਕਰਾਓ ਜਿਹੜਾ ਸਟਾਫ ਵਿੱਚ ਰਹਿ ਕੇ ਸੇਵਾ ਨਿਭਾ ਰਿਹਾ। ਤਾਂ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਜ਼ਰੂਰੀ ਹੈ, ਸਾਡੇ ਡੀ ਐੱਮ ਸੀ ਸਾਹਿਬ ਹੈ ਬੜਾ ਡੀਪ ਇੰਟਰਸਟ ਲੈ ਰਹੇ ਆ ਸਾਰੇ ਕਿਤੇ, ਸਾਡੇ ਐੱਚ ਏ ਮੈਡਮ ਹੈ ਲੈ ਰਹੇ ਆ। ਮੈਂ ਇਕੱਲੇ ਇਕੱਲੇ ਡਾਕਟਰ ਨੂੰ ਬੁਲਾ ਕੇ ਵੀ ਉਹਨਾਂ ਦੀਆਂ ਦਿੱਕਤਾਂ ਪੁੱਛੀਆਂ, ਠੀਕ ਹੈ ਜੀ। ਕੁਛ ਇੱਕ ਸਟਾਫ ਨਰਸਾਂ ਦੀ ਘਾਟ ਹੈ, 7 ਹੈਗੀਆਂ ਉਹਦੇ ਟੋਟਲ, ਠੀਕ ਹੈ ਜੀ। ਪਰ ਜਿਸ ਤਰ੍ਹਾਂ ਦਾ ਕੰਮ ਹੈ ਉਹਦੇ ਹਿਸਾਬ ਨਾਲ ਥੋੜ੍ਹੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ, ਜ਼ਿਆਦਾ ਹੋਣੀਆਂ ਚਾਹੀਦੀਆਂ, ਠੀਕ ਹੈ ਜੀ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ, ਇੱਕ ਅੱਧੀ ਗੱਡੀ ਹੈਗੀ ਉਹ ਕੰਡਮ ਹੋਣ ਵਾਲੀ, ਉਹਦੇ ਕਾਗਜ਼ ਘਲਾ ਕੇ ਵੇਖੇ ਆ ਸਵਰਾਜ ਮਜ਼ਦਾ। ਦੇਖੋ ਜੀ, ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ 50 ਮਰੀਜ਼ਾਂ ਦੀ ਇੱਕ ਡਿਜ਼ਾਸਟਰ ਮੈਨੇਜਮੈਂਟ ਅਲਮਾਰੀ ਰੱਖਣ ਨੂੰ ਅਸੀਂ ਕਹਿੰਦੇ ਹਾਂ ਕਿ ਉਹ 50 ਮਰੀਜ਼ਾਂ ਦਾ ਸਮਾਨ, ਪੱਟੀਆਂ, ਬੀਟਾਡੀਨ, ਟੀਕੇ, ਸਪਲਿੰਟ, ਸਾਰਾ ਕੁਝ ਉਹਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ, ਤਾਂ ਕਿ ਜੇ ਕੋਈ ਇਸ ਤਰ੍ਹਾਂ ਦਾ ਬੱਸ ਐਕਸੀਡੈਂਟ ਆਉਂਦਾ ਹੈ ਤਾਂ ਸਾਨੂੰ ਉਦੋਂ ਹਫੜਾ ਦਫੜੀ ਨਾ ਮੱਚੇ ਵੀ ਅਸੀਂ ਬਾਹਰੋਂ ਭੱਜੀ ਵੀ ਲਿਆ, ਫਲਾਨੇ ਫੜ ਕੇ ਆਹ ਚੀਜ਼ ਲਿਆ, ਨਹੀਂ, ਸਾਡੀ ਅਲਮਾਰੀ ਖੋਲ੍ਹੋ, ਸਮਾਨ ਵਿੱਚ ਹੈਗਾ। ਕਿਉਂਕਿ ਉਸ ਟਾਈਮ ਜਿਹੜਾ ਸਭ ਤੋਂ ਵੱਧ ਜਿਹੜੀ ਲੋੜ ਹੁੰਦੀ ਹੈ ਮਰੀਜ਼ ਨੂੰ, ਇੱਕ ਹੌਸਲੇ ਦੀ ਗੱਲ ਲੋੜ ਹੁੰਦੀ ਹੈ, ਉਹਨੂੰ ਹੌਸਲਾ ਜੋ ਤੁਹਾਡੇ ਕੋਲ ਸਮਾਨ ਪਿਆ ਉਹਦੇ 'ਚ ਆਉਂਦਾ। ਸਫਾਈ ਬਾਰੇ ਕਿਹਾ ਜੀ, ਕਿੱਦਾਂ ਉਹਨਾਂ ਨੇ ਸਫਾਈ ਦਾ ਠੇਕਾ ਦੇਣ ਵਾਸਤੇ ਕਿਹਾ ਇੱਥੇ, ਠੀਕ ਹੈ। ਸਾਡੇ ਕੋਲ ਸਫਾਈ ਦਾ ਠੇਕਾ ਨਹੀਂ ਹੈਗਾ, ਦਿਹਾੜੀ 'ਤੇ ਲਾ ਕੇ ਬੰਦੇ ਸਾਫ਼ ਸਫਾਈ ਕਰਾ ਰਹੇ ਹਾਂ। ਇੱਕ ਜਿਹੜਾ ਟਰਾਂਸਫਾਰਮਰ ਹੈ ਉਹ ਨੰਗਾ ਹੈ, ਉਹਦੇ ਆਸੇ ਪਾਸੇ ਜਾਲੀ ਲਵਾਉਣ ਵਾਸਤੇ ਵੀ ਕੋਈ ਜਾਨਵਰ ਲੱਗ ਜਾਂਦੇ ਕਈ ਵਾਰੀ ਕਰੰਟ ਆ ਜੀ। ਇੱਕ ਜਿੱਥੇ ਓਪੀਡੀ ਦੀ ਪਰਚੀ ਕੱਟਦੀ ਹੈ ਉੱਥੇ ਸਟੈਪ ਥੋੜ੍ਹਾ ਜਿਹਾ ਲੱਗਣ ਵਾਸਤੇ ਕਿਹਾ, ਬਾਕੀ ਓਪੀਡੀ 'ਚ ਚੇਅਰਸ ਲੋਕਾਂ ਦੇ ਬੈਠਣ ਵਾਸਤੇ, ਪਰ ਇੱਥੇ ਜਗ੍ਹਾ ਦੀ ਬਹੁਤ ਕਮੀ ਹੈ ਅਤੇ ਜਿੰਨੀਆਂ ਵੀ ਕੁਰਸੀਆਂ ਲੱਗ ਸਕਦੀਆਂ ਲਵਾਵਾਂਗੇ। ਵਾਈਟ ਵਾਸ਼ ਵਾਸਤੇ ਕਿਹਾ ਅਤੇ ਕੁਆਟਰਾਂ ਦੀ ਮੇਨਟੇਨੈਂਸ ਵਾਸਤੇ ਜਿਹੜੀ ਵੀ ਲੋੜ ਆ ਉਹਨਾਂ ਨੂੰ। ਕਿੰਨੀਆਂ ਪੋਸਟਾਂ ਨੇ ਟੋਟਲ, ਕਿੰਨੀਆਂ ਹੋਣੀਆਂ ਚਾਹੀਦੀਆਂ, ਕਿੰਨੀਆਂ ਇਸ ਟਾਈਮ ਖਾਲੀ ਹੋਈਆਂ? ਸੀ ਐੱਸ ਸੀ ਸਰ 6 ਹੀ ਹੁੰਦੀਆਂ ਨੇ ਪੋਸਟਾਂ, 30-bedded ਹੋਸਪਿਟਲ 'ਚ। ਉਹਦੇ 'ਚੋਂ ਇੱਕ ਡਾਕਟਰ ਸਾਡਾ ਛੁੱਟੀ ਗਿਆ ਹੈ ਲੰਬੀ, ਦਸੰਬਰ 'ਚ ਆਉਣਾ ਉਹਨੇ, ਮੈਡੀਸਨ ਵਾਲੇ ਨੇ। 2 ਸਾਡੇ ਕੋਲ ਐੱਮ ਓ ਨੇ, 1 ਸਰਜਨ ਆ, 1 ਗੈਨੀ, 4 ਪੋਸਟਾਂ ਨੇ, 4 ਬੰਦੇ ਕੰਮ ਕਰ ਰਹੇ ਨੇ ਅੱਜ ਵੇਲੇ, 1 ਡੈਂਟਲ ਸਰਜਨ ਹੈ। ਜਿਹੜੇ ਐਮਰਜੈਂਸੀ ਕਰਨ ਵਾਲੇ ਨੇ ਉਹ ਹੈਗੇ ਨੇ 3, 2 ਸਾਡੇ ਐੱਮ ਓ ਹਰਸਿਮਰਨ ਅਤੇ ਚਰਨਪ੍ਰੀਤ, 1 ਡਾਕਟਰ ਵਿਕਰਮ, 1 ਡਾਕਟਰ ਸਾਡਾ ਦਰਵੇ ਤੋਂ ਲੱਗਿਆ ਹੋਇਆ 4 ਦਿਨਾਂ ਲਈ ਇੱਥੇ ਡੈਪੂਟੇਸ਼ਨ 'ਤੇ। 4 ਬੰਦੇ ਮਤਲਬ 24 ਘੰਟੇ ਚਲਾ ਰਹੇ ਨੇ ਜਿਸ ਹਿਸਾਬ ਨਾਲ ਇੱਥੇ ਕੰਮ ਹੈ। ਸੀ ਐੱਸ ਸੀ ਕਮੀ ਤਾਂ ਹੈਗੀ ਹੈ, ਜਿਵੇਂ 72 ਘੰਟਿਆਂ ਦਾ ਇਹ ਕਹਿ ਕੇ ਗਏ ਡਾਕਟਰ ਸਾਹਿਬ ਕਿ 72 ਘੰਟੇ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ? ਉਸ ਕਰਾਂਗੇ ਸਰ ਪੂਰੀਆਂ ਜਿੰਨੀਆਂ ਵੀ ਹੋਣਗੀਆਂ, ਜੋ ਜੋ ਚਾਰਜੀ 'ਚੋਂ ਪੈਸੇ ਖਰਚ ਕੇ, ਜਿਵੇਂ ਪਲੰਬਰ ਨੂੰ ਬੁਲਾ ਕੇ ਸਾਰੇ। ਵੈਸੇ ਤਾਂ ਅਸੀਂ ਕਰਾਉਂਦੇ ਰਹਿੰਦੇ ਹਾਂ, ਕੋਈ
ਕੋਈ ਬਲੋਕ ਨਹੀਂ ਹੈਗਾ ਇਸ ਵੇਲੇ ਫਲੱਸ਼, ਸਾਰੇ ਪੁਆਇੰਟ ਠੀਕ ਨੇ ਟੂਟੀਆਂ ਦੀ। ਇੱਕ ਵਾਰੀ ਫਿਰ ਹੱਥ ਮਰਾਵਾਂਗੇ, ਇੱਕ ਬਿਜਲੀ ਵਾਲਾ ਬੁਲਾਵਾਂਗੇ ਜਿੱਥੇ ਵੀ ਕੋਈ ਲੂਜ਼ ਤਾਰ ਆ ਜਾਂ ਹੋਰ ਹੈ, ਵੈਸੇ ਉਹ ਕਰਾਇਆ ਹੋਇਆ ਸਾਰਾ ਕੁਛ ਆਲਮੋਸਟ, ਫਿਰ ਵੀ ਜਿੱਥੇ ਹੈਗੀ ਹੈ ਕਮੀ ਉਹ ਕਰਾਵਾਂਗੇ, ਲੱਕੜਾਂ ਵਾਲੇ ਨੂੰ ਬੁਲਾ ਕੇ ਕੁੰਡੀ ਕਬਜ਼ੇ ਨੇ ਜਿਹੜੇ ਉਹ ਠੀਕ ਕਰਾਵਾਂਗੇ, ਆਲਮੋਸਟ ਠੀਕ ਹੀ ਹੈ, ਪਰ ਥੋੜ੍ਹਾ ਬਹੁਤਾ ਸਰਕਾਰੀ ਸੰਸਥਾ ਪਬਲਿਕ ਪਲੇਸ ਹੈ, ਹੁੰਦਾ ਹੀ ਰਹਿੰਦਾ। ਕੀ ਤੁਹਾਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ? ਦਿੱਕਤਾਂ ਦਾ ਸਾਹਮਣਾ ਸਰ ਰੂਟੀਨ 'ਚ ਇਹੀ ਹੈ ਵੀ ਪੇਸ਼ੈਂਟ ਸਾਡੇ ਕੋਲ ਇਨਫਲੋ ਬਹੁਤ ਜ਼ਿਆਦਾ ਹੈ। ਹੁਣ ਦੇਖੋ ਤੁਹਾਡੇ ਸਾਹਮਣੇ ਕਿੰਨੇ ਪੇਸ਼ੈਂਟ ਖੜ੍ਹੇ ਨੇ ਬਾਹਰ, ਡਾਕਟਰ ਦੋ ਨੇ ਇਸ ਵੇਲੇ ਦੇਖਣ ਵਾਲੇ, ਇੱਕ ਮੈਂ ਹੋ ਗਿਆ, ਜਿਵੇਂ ਐਕਸਟਰਾ ਜਿਵੇਂ ਬਾਹਲਾ ਲੋਡ ਪੈਂਦਾ ਤਾਂ ਮੈਂ ਵੀ ਉਹ ਬੜੀ ਕਰਦਾ, ਅਦਰਵਾਈਜ਼ ਮੇਰੀ ਹੁਣ ਕੰਮ ਦਫ਼ਤਰ ਦੇ ਕੰਮ ਬਹੁਤ ਜ਼ਿਆਦਾ। ਹੁਣ ਜਿਹੜੇ ਆਹ ਕੰਮ ਕਰਨੇ ਮੈਂ ਤਾਂ ਉਹਨਾਂ 'ਚ ਬਿਜ਼ੀ ਹੋ ਜਾਣਾ। ਇਹ ਦੋਨੇ ਡਾਕਟਰ ਹੁਣ ਓ ਪੀ ਡੀ ਕਰਨਗੇ, ਇੱਕ EMO ਦੀ ਪੋਸਟ 'ਤੇ ਆਇਆ ਹੋਇਆ ਜੀ, ਜਨਪ੍ਰੀਤ ਉਹ EMO 24 ਘੰਟੇ ਡਿਊਟੀ ਕਰੂਗਾ, ਇੱਕ ਡਾਕਟਰ ਵਿਕਰਮ ਆਪਣੀ 2 ਵਜੇ ਤੱਕ ਡਿਊਟੀ ਕਰਨਗੇ। ਹੁਣ ਮਤਲਬ ਇਹ 4 ਡਾਕਟਰ ਹੀ ਨੇ ਜਿਹੜੇ ਐਮਰਜੈਂਸੀ ਅਟੈਂਡ ਕਰਦੇ ਨੇ ਰੋਟੇਸ਼ਨ 'ਤੇ। ਰੋਡ ਦੇ ਉੱਤੇ ਹੋਸਪਿਟਲ ਹੈ, EMO ਰਾਤ ਨੂੰ ਕਿਹਦੀ ਡਿਊਟੀ ਹੁੰਦੀ ਹੈ? 4 ਦੀ ਹੁੰਦੀ ਹੈ ਸਰ, ਵਾਰੀ ਵਾਰੀ, ਡਾਕਟਰ ਵਿਕਰਮ, ਡਾਕਟਰ ਹਰਸਿਮਰਨ, ਡਾਕਟਰ ਚਰਨਪ੍ਰੀਤ ਅਤੇ ਡਾਕਟਰ ਮੁਖਤਿਆਰ ਰੋਟੇਸ਼ਨ 'ਚ। ਹਾਂਜੀ, ਕਦੇ ਕੋਈ ਹੁੰਦਾ ਜਿਵੇਂ ਉਸ ਦਿਨ ਬੱਸ ਦਾ ਐਕਸੀਡੈਂਟ, ਡਾਕਟਰ ਵਿਕਰਮ ਦੀ ਡਿਊਟੀ ਸੀਗੀ ਉਸ ਦਿਨ ਸਵੇਰ ਤੋਂ ਲੈ ਕੇ ਅਗਲੇ ਦਿਨ ਸਵੇਰ ਤੱਕ, ਤਾਂ ਉਹਨਾਂ ਨੇ ਸਾਰੇ ਸਾਹਮਣੇ ਨੇ।